इंसाफ देखो गवर्नमेंट आना इंसाफ दे नहीं रही जी गवर्नमेंट के हाथ का सब कुछ है तुम देखो जो सरदार बयान सिंह की गवर्नमेंट सी उदो भी इनकाउंटर होंगे बेगुनाह इनकाउंटर हो रहे थे घर चो कट कट के उन्हों का कोई कसूर नहीं अज कसूरवर का भी इनकाउंटर नहीं हो रहा किसी ना किसी पूरी तरह 100% इन्वॉल्व है सरकार जी बाय नेम सिक्योरिटी वापस लैनी कितों का कानून जी जदों तक सिद्धू कोल सिक्योरिटी रही आ सेफ है जी बिल्कुल सेफ रहे हैं अनाउंसमेंट तो होने तो एक दिन बाद ही डेथ हो जी ਵੱਡਾ ਕਾਰਨ ਮੰਨਦੇ ਹੋ ਲੀਕ ਕਰਨਾ ਸਿਕਿਉਰਿਟੀ ਨੂੰ ਬਿਲਕੁਲ ਜੀ ਬਹੁਤ ਵੱਡਾ ਫੇਲੀਅਰ ਹੈ ਸਰਕਾਰ ਦਾ ਇਹ ਦੇਖੋ ਭਗਵੰਤ ਮਾਨ ਕਹਿੰਦੇ ਸੀ ਐਮ ਸਾਹਿਬ ਕਹਿ ਰਹੇ ਸੀ ਵੀ ਗੋਰੇ ਆਉਣਗੇ ਇੱਧਰ ਗੋਰੇ ਆ ਰਹੇ ਨੇ ਉਹ ਤਰੱਕੀ ਦੇਖਣੀ ਆ ਰਹੇ ਉਹ ਜਿਹੜੇ ਲੋਕਾਂ ਨੇ ਤਰੱਕੀ ਕੀਤੀ ਉਹਨਾਂ ਦਾ ਹਸਰ ਕੀ ਹੋਇਆ ਇਹ ਦੇਖਣ ਆ ਰਹੇ ਨੇ ਆ ਰਹੇ ਨੇ ਗੋਰੇ ਜਰਮਾਂ ਤੋਂ ਆਉਂਦੇ ਨੇ ਜੂਹ ਸਿਖਾਉਂਦੇ ਕਰ ਲੈਂਦੇ ਕੰਟਰ ਤੋਂ ਗੋਰੇ ਆ ਰਹੇ ਨੇ ਉਹ ਇਹ ਚੀਜ਼ ਦੇਖਣ ਆ ਰਹੇ ਨੇ ਵੀ ਜਿਹੜਾ ਬੰਦਾ ਪੰਜਾਬ ਦੇ ਵਿੱਚ ਤਰੱਕੀ ਕਰਦਾ ਉਹਦਾ ਹਸਰ ਕੀ ਹੁੰਦਾ ਸਿਰਫ ਇਹ ਚੀਜ਼ ਦੇਖਣ ਆ ਰਹੇ ਨੇ ਜੀ ਠੀਕ ਹੈ ਨਾ ਉਹ ਬੰਦਾ ਇੱਕ ਅਨੁਭੂਲ ਬੰਦਾ ਸੀਗਾ ਉਹਨੂੰ ਨਹੀਂ ਸੀ ਪਤਾ ਵੀ ਮੇਰੇ ਵਿਰੁੱਧ ਏਡੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਠੀਕ ਹੈ ਜੀ ਪਰ ਉਹ ਉਹਦੀ ਸਿਰਫ ਇੱਕ ਨਾਕਾਮੀ ਇਹ ਰਹੀ ਹੈ ਵੀ ਉਹਨੇ ਪੰਜਾਬ ਬਾਰੇ ਸੋਚਿਆ ਅਤੇ ਪੰਜਾਬ ਦਾ ਦਰਦ ਸਮਝਿਆ ਨੇ ਠੀਕ ਹੈ ਜੀ ਕਿਤੇ ਨਾ ਕਿਤੇ ਮੌਤ ਦਾ ਕਾਰਨ ਇਹ ਵੀ ਬਣਿਆ ਦੇਖੋ ਰਾਜ ਵਾਲੀ ਜ਼ਿੰਦਗੀ ਲਗਜ਼ਰੀ ਜ਼ਿੰਦਗੀ ਉਹਦੀ ਕਿਸੇ ਵੀ ਕੰਟਰੀ ਦੇ ਸੈਟਲ ਹੋ ਸਕਦਾ ਜੀ ਕਿਤੇ ਵੀ ਜਾ ਕੇ ਦੁਨੀਆ ਆਵਾਜ਼ਾਂ ਮਾਰਦੀ ਸੀ ਉਹਨੂੰ ਪਰ ਉਹਨੇ ਆਪਦਾ ਪਿੰਡ ਦਾ ਦਰਦ ਸਮਝਿਆ ਪੰਜਾਬ ਦਾ ਦਰਦ ਸਮਝਿਆ ਪਰ ਨਾ ਤਾਂ ਦੇਖੋ ਜੀ ਉਹਨੂੰ ਲੋਕਾਂ ਦਾ ਰਿਸਪੋਂਸ ਮਿਲਿਆ ਨਾ ਕਿਸੇ ਗਵਰਨਮੈਂਟ ਦਾ ਪਰ ਮਿਲਿਆ ਕਿ ਉਹਨੂੰ ਮੌਤ ਜਾਣੀ ਕਿ ਜੇ ਹੁਣ ਅਸੀਂ ਤਰੱਕੀ ਕਰਾਂਗੇ ਜਾਂ ਸੱਚ ਦੀ ਆਵਾਜ਼ ਉਠਾਵਾਂਗੇ ਤਾਂ ਫਿਰ ਸਾਨੂੰ ਮੌਤ ਹੀ ਮਿਲੂਗੀ ਮੌਤ ਸੋਭਰੇ ਆਪਣੇ ਸਾਹਮਣੇ ਜੀ ਦੇਖੋ ਮੈਂ ਤਾਂ ਕਹਿ ਰਿਹਾ ਮੌਤ ਮਿਲੂਗੀ ਮੌਤ ਮਿਲ ਰਹੀ ਹੈ ਉਹ ਮਿਲ ਚੁੱਕੀ ਆ ਜੀ ਤੁਸੀਂ ਆਪ ਦੇਖੋ ਨਾ ਜੀ ਹੁਣ ਇਹ ਅੱਜ ਉਹ ਇੰਨਾ ਵੱਡਾ ਆਈ ਹੋ ਰਿਹਾ ਇਹੀ ਇਕੱਠ ਦੇ ਵਿਆਹ ਤੇ ਹੋਣਾ ਸੀਗਾ ਪਰ ਉਹਦੀ ਅੱਜ 4 ਮਹੀਨੇ ਪੂਰੇ ਹੋ ਗਏ ਜੀ ਤੁਸੀਂ ਮਾਂ ਪਿਓ ਦੇਖੋ ਉਹਨਾਂ ਦੇ ਮਾਂ ਪਿਓ ਦੇਖੋ ਨਾ ਜਾ ਕੇ ਉਹਨਾਂ ਦਿਲ ਦੇ ਕੀ ਬੀਤ ਰਹੀ ਹੈ ਔਰ ਸਰਕਾਰਾਂ ਦੇ ਕੋਈ ਉਹਨਾਂ ਨੂੰ ਕਹਿਣ ਸੀ ਸਰਕਾਰ ਨੂੰ ਕੋਈ ਟੈਨਸ਼ਨ ਨਹੀਂ ਸਰਕਾਰ ਨੂੰ ਠੀਕ ਹੈ ਨਹੀਂ ਜੋ ਵੀ ਇਹ ਗੈਂਗਸਟਰ ਨੇ ਉਹਦੇ ਦੇਖੋ ਜੀ ਸਰ ਵੀ ਹਥਿਆਰਾਂ ਦੀ ਗੱਲ ਕਰਦੇ ਜੀ ਉਹ ਹਥਿਆਰ ਪ੍ਰਮੋਟ ਕਰਦੇ ਅਸਲਾ ਪ੍ਰਮੋਟ ਕਰਦੇ ਜਿਹੜੇ ਗੈਂਗਸਟਰ ਨੇ ਕੋਈ ਤਾਂ ਉਹ ਰਾਕਟ ਲਾਂਚਰ ਲਈ ਫਿਰਦੇ ਨੇ ਸਿੱਧੂ ਨੂੰ ਤਾਂ ਨਹੀਂ ਦੇਦੇ ਜੇ ਸਿੱਧੂ ਨੇ ਹਥਿਆਰਾਂ ਵਾਲੇ ਗੀਤ ਗਾਲੇ ਤਾਂ ਇਹ ਗੱਲ ਕਰੀਏ ਕਿ ਉਹਨੇ ਬੰਦੇ ਕਿੰਨੇ ਕੁ ਮਾਰਤੇ ਦੇਖੋ ਜੀ ਉਹੀ ਗੱਲਾਂ ਨੇ ਜੀ ਸਿਰਫ ਹਥਿਆਰ ਤਾਂ ਦੇਖੋ ਜੀ ਆਪਣੇ ਤਾਂ ਰਾਜੇ ਮਹਾਰਾਜਾ ਕੋਲੇ ਸੀਗੇ ਨੋਰਮਲ ਆਪਣੇ ਹਰ ਇੱਕ ਘਰ ਦੇ ਵਿੱਚ ਵੈਪਨ ਆ ਜੀ ਕੋਈ ਸ਼ੱਕ ਹਰ ਇੱਕ ਘਰ ਦੇ ਵਿੱਚ ਵੈਪਨ ਆ ਆਤਮ ਰੱਖਿਆ ਲਈ ਆ ਨਾ ਕਿ ਕਿਸੇ ਨੂੰ ਮਾਰਨ ਲਈ ਠੀਕ ਹੈ ਗੈਂਗਸਟਰਾਂ ਕੋਲੇ ਹਥਿਆਰ ਕੀ ਨਹੀਂ ਦਿੱਤੇ ਸਿੱਧੂ ਨੇ ਨਹੀਂ ਲੈ ਕੇ ਦਿੱਤੇ ਉਹਨੂੰ ਨਾਲੇ ਉਹ ਹਥਿਆਰ ਨੇ ਜਿਹੜੇ ਸਿਰਫ ਤੇ ਸਿਰਫ ਗਵਰਨਮੈਂਟ ਪ੍ਰੋਵਾਈਡ ਕਰ ਸਕਦੀ ਹੈ ਗਵਰਨਮੈਂਟ ਦੀ ਜੇ ਆਰਮੀ ਤੋਂ ਬਿਨਾਂ ਵੈਪਨ ਕਿਸੇ ਕੋਲ ਆ ਨਹੀਂ ਸਕਦਾ ਆਰਮੀ ਵਾਲੇ ਆ ਵੈਪਨ ਆਮ ਨੋਰਮਲ ਬੰਦੇ ਕੋਲ ਕਿੱਥੋਂ ਆ ਗਏ ਜੀ ਆਰਮੀ ਵਾਲੇ ਵੈਪਨ ਆ ਜਿਹੜੇ ਉਹ ਆਮ ਗੈਂਗਸਟਰ ਕੋਲ ਕਿੱਥੋਂ ਆ ਗਏ ਇਹ ਰਸੀਆਂ ਅਸਾਲਟ ਰਾਈਫਲਾਂ ਇੱਦਾਂ ਤਾਂ ਨਹੀਂ ਆ ਜਾਂਦੀਆਂ ਕਿੱਡੀ ਕਿੱਡੀ ਡੀਲ ਹੁੰਦੀ ਆ ਪੀਐਮ ਸੀਐਮ ਜਿਹੜੇ ਵੀ ਕੋਈ ਵੱਡੇ ਲੀਡਰ ਨੇ ਕਿਸੇ ਵੀ ਕੰਟਰੀ 'ਚ ਜਾਂਦੇ ਨੇ ਬਹੁਤ ਵੱਡਾ ਡੀਲ ਪ੍ਰੋਸੈਸਿੰਗ ਹੁੰਦਾ ਜੀ ਕਿ ਆਪਾਂ ਬਾਹਲਾ ਵੈਪਨ ਇੱਧਰ ਲਿਆਉਣਾ ਇਹ ਤਾਂ ਵੈਸੇ ਹੀ ਆ ਰਹੇ ਨੇ ਜੀ ਅਤੇ ਬਾਈ ਜੇ ਇੱਕ ਹੋਰ ਗੱਲ ਕਰੀਏ ਜਿਸ ਤਰ੍ਹਾਂ ਵੀ ਕਹਿ ਦਈਏ ਕਿ ਸਿੱਧੂ ਦੇ ਜਾਂ ਜਿਨ੍ਹਾਂ ਨੂੰ ਸਿੱਧੂ ਆਪਣਾ ਹੈ ਉਹ ਵੀ ਮੰਨਦਾ ਸੀਗਾ ਗਾਈਡਲਾਈਨ ਚੱਲਦਾ ਸੀ ਇਹਨਾਂ 'ਤੇ ਜਾਂ ਪਾਕ ਨੂੰ ਸੁਣਦਾ ਸੀ ਪਾਕ ਦੀ ਇੱਕ ਲੀਹ 'ਤੇ ਚੱਲਦਾ ਸੀ ਉਹਨਾਂ ਨੂੰ ਹੈ ਨਾ ਰੋਲ ਮਾਡਲ ਮੰਨਦਾ ਸੀ ਉਸੇ ਤਰ੍ਹਾਂ ਹੀ ਤਪਾਕ ਦਾ ਹਸ਼ਰ ਹੋਇਆ ਸੀ ਜਾਂ ਤਪਾਕ ਨਾਲ ਵੀ ਇਹੀ ਹਾਦਸਾ ਵਾਪਰਿਆ ਸੀ ਅਤੇ ਗੱਲ ਕਰੀਏ ਕਿ ਆਪਣੀ ਮੌਤ ਨੂੰ ਆਪਣੇ ਕਲਮ ਨਾਲ ਲਿਖ ਗਿਆ ਵੀ ਤਾਂ ਮਰਨ ਤੋਂ ਪਹਿਲਾਂ ਹੀ ਲਿਖਤੇ ਕਿ ਮੇਰੇ ਨਾਲ ਆਹ ਹੋਊਗਾ ਮੇਰੀ ਗੋਲੀ ਵੱਜੀ ਤਾਂ ਤੂੰ ਸੋਚੀ ਨਾ ਮੁੱਕ ਜਾਊਂਗਾ ਮੇਰੇ ਯਾਰਾਂ ਦੀ ਬਾਹਾਂ 'ਤੇ ਮੇਰੇ ਟੈਟੂ ਬਣਨੇ ਉਹ ਗੱਲਾਂ ਵੀ ਅਸੀਂ ਵੇਖੀਆਂ ਜਾਂ ਚੜ੍ਹਦੀ ਉਮਰੇ ਜਨਾਜ਼ਾ ਸੁਣਿਆ ਉਹ ਐਂ ਨਹੀਂ ਲੱਗਦਾ ਕਿ ਕਿਤੇ ਜਿਵੇਂ ਉਹਨੂੰ ਪਤਾ ਸੀ ਅਤੇ ਉਹ ਆਪ ਹੀ ਲਿਖ ਗਿਆ ਕਿ ਮੇਰੇ ਨਾਲ ਹੋਣਾ ਦੇਖੋ ਜੀ ਉਹ ਜੰਮਿਆ ਪੜੇ ਸੀ ਮਾਹੌਲ 'ਚ ਉਹਨੂੰ ਇਹ ਸਭ ਤੋਂ ਪਤਾ ਸੀਗਾ ਵੀ ਜਿਹੜਾ ਬੰਦਾ ਤਰੱਕੀ ਕਰਦਾ ਤਾਂ ਉਹਦੇ ਨਾਲ ਇਹ ਅਸਰ ਹੋਣਾ ਹੀ ਹੋਣਾ ਉਹਨੂੰ ਕਿਤੇ ਨਾ ਕਿਤੇ ਹੋ ਗਿਆ ਸੀ ਮੈਂ ਤਰੱਕੀ ਬਹੁਤ ਕਰ ਚੁੱਕਿਆ ਮੇਰਾ ਨਾਂ ਬਣ ਗਿਆ ਤਾਂ ਮੇਰੇ ਨਾਲ ਇੱਦਾਂ ਹੋਣਾ ਹੀ ਹੋਣਾ ਜੀ ਉਹਨੇ ਆਪ ਵਿਅਕਤੀ ਬਹੁਤ ਕੁਝ ਦੇਖ ਲਿਆ ਜੀ ਬਹੁਤ ਕੁਝ ਦੇਖੋ ਰਿਹਾ ਵਿਅਕਤੀ ਤਰੱਕੀ ਵਾਲਾ ਹਾਜ਼ਰ ਕੀ ਹੋਇਆ ਜੀ ਤਾਂ ਉਹ ਇਹ ਜਿੱਦਾਂ ਤਪਾਕ ਨੂੰ ਫੋਲੋ ਕਰਦਾ ਸੀ ਤਪਾਕ ਦਾ ਵੀ ਇਹੀ ਅਸਰ ਹੋਇਆ ਉਹਨੇ ਆਪਣੀ ਕਮਿਊਨਿਟੀ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਨਾ ਜੀ ਬੜਾ ਉਹਨੇ ਵੀ ਆਪਦੀ ਮੌਮ ਡੈਡ ਦੇਖੋ ਇੱਕ ਵੱਡੀ ਗੱਲ ਇਹਦੀ ਇਹ ਲੱਗੀ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਵੀ ਤੁਸੀਂ ਮਾਂ ਅਤੇ ਜਾਂ ਗੀਤ ਲਿਖਤਾ ਫਾਦਰ ਸਾਹਿਬ ਗੀਤ ਤੁਸੀਂ ਧੀ ਦੇ ਗੀਤ ਗੀਤ ਵੀ ਲਿਖਣਾ ਚਾਹੁੰਦੇ ਹੋ ਉਹ ਬੰਦੇ ਦੀ ਸੋਚ ਦੇਖੋ ਕਹਿੰਦੇ ਦੇਖੋ ਮੈਂ ਮਾਂ ਪਿਓ ਨਾਲ ਵਿਚ ਰਿਹਾ ਮਾਂ ਨਾਲ ਵਿਚ ਰਿਹਾ ਪਿਓ ਨਾਲ ਵਿਚ ਰਿਹਾ ਜਿਸ ਦਿਨ ਮੇਰੀ ਧੀ ਹੋਊਗੀ ਮੈਂ ਧੀ ਨਾਲ ਵਿਚ ਲੂੰਗਾ ਤਾਂ ਮੈਂ ਧੀ ਦੇ ਵੀ ਗੀਤ ਲਿਖੂੰਗਾ ਕਿੱਡੀ ਰਿਸਪੈਕਟ ਆ ਬੰਦੇ ਨੂੰ ਜੀ ਬਿਲਕੁਲ ਕਿੱਡੀ ਰਿਸਪੈਕਟ ਆ ਤੁਸੀਂ ਅਤੇ ਬਾਈ ਮੈਂ ਤੁਹਾਡੇ ਵੱਲ ਆਉਂਦਾ ਹੈਗਾ
ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਹੋ, ਕਿਉਂਕਿ ਇਹ ਕਹਿ ਦਈਏ ਕਿ ਯੂਥ ਵੱਡੀ ਗਿਣਤੀ ਵਿੱਚ ਸਿੱਧੂ ਨਾਲ ਜੁੜਿਆ ਸੀ, ਕਿਹੜੀ ਚੀਜ਼ ਸਿੱਧੂ ਦੀ ਸਭ ਤੋਂ ਵਧੀਆ ਲੱਗਦੀ ਸੀ, ਚੰਗੀ ਲੱਗਦੀ ਸੀ? ਬਾਈ ਜੀ ਦੇਖੋ, ਮੇਰਾ ਪਿੰਡ ਘੋਲੀਆ ਖੁਰਦ ਹੈ, ਜ਼ਿਲ੍ਹਾ ਮੋਗੇ ਦਾ ਮੈਂ ਰਹਿਣ ਵਾਲਾ ਹਾਂ ਜੀ। ਮੈਂ ਬਾਈ ਸਿੱਧੂ ਮੂਸੇਵਾਲੇ ਨੂੰ ਬਹੁਤ ਚੰਗੀ ਤਰ੍ਹਾਂ ਸੁਣਿਆ, ਯਾਨੀ ਕਿ ਇਹ ਬੰਦਾ ਇੱਕ ਇੰਨਾ ਟੈਲੈਂਟਡ ਸੀ ਕਿ ਹੱਕ ਸੱਚ ਦੀ ਕਲਮ ਲਿਖਦਾ ਸੀ, ਯਾਨੀ ਕਿ ਜੋ ਵੀ ਲਿਖਦਾ ਸੀ ਉਹ ਹਕੀਕਤ 'ਚ ਹੰਡਾਉਂਦਾ ਸੀ। ਇਹ ਯਾਨੀ ਕਿ ਵੀ ਲੋਕਾਂ ਲਈ ਮੋਟੀਵੇਟ ਬੰਦਾ ਸੀ, ਜਿੱਦਾਂ ਕਿ ਲੋਕ ਨੂੰ ਸੁਣਦੇ ਸੀ, ਖੁਦ ਆਪ ਇਹ ਐਡੇ ਵੱਡੇ ਲੈਵਲ 'ਤੇ ਹੋ ਕੇ ਵੀ ਯਾਨੀ ਕਿ ਗਰਾਊਂਡ ਲੈਵਲ 'ਤੇ ਰਹਿੰਦਾ ਸੀ, ਲੋਕਾਂ ਨੂੰ ਕੰਮ ਕਰਕੇ ਦੱਸਦਾ ਸੀ ਕਿ ਵੀ ਆਪਾਂ ਆਪਦੇ ਕਿੱਤੇ ਨਾਲ ਵੀ, ਮੈਂ ਇਹ ਨਹੀਂ ਕਿ ਕੋਈ ਪੋਜੀਸ਼ਨ ਬਣ ਕੇ ਵੀ ਹੁਣ ਮੈਂ ਆਪਦਾ ਕਿੱਤਾ ਛੱਡ ਦੂੰ, ਆਪਦਾ ਘਰ ਦਾ ਕੰਮ ਆਪਦੇ ਘਰ ਦੀਆਂ ਜ਼ਿੰਮੇਵਾਰੀਆਂ ਬਹੁਤ ਹੀ ਸੱਜੇ ਢੰਗ ਨਾਲ ਨਿਭਾਉਂਦਾ ਸੀ। ਅਸੀਂ ਉਹ ਚੀਜ਼ਾਂ ਦੇਖਦੇ ਸੀ ਕਿ ਬੰਦਾ ਆਪਦੀ ਫੈਮਿਲੀ ਨੂੰ ਕਿੰਨੀ ਇੰਪੋਰਟੈਂਸ ਦਿੰਦਾ, ਅਕਸਰ ਬੰਦੇ ਆਪਦਾ ਘਰ ਛੱਡ ਜਾਂਦੇ ਆ ਜਦੋਂ ਕਿਤੇ ਤਰੱਕੀ ਕਰ ਲੈਂਦੇ, ਬੰਦਾ ਫਿਰ ਵੀ ਆਪਦੇ ਗਰਾਊਂਡ ਲੈਵਲ ਜੁੜਿਆ ਹੋਇਆ ਸੀ। ਇਹ ਚੀਜ਼ਾਂ ਸਾਨੂੰ ਬਹੁਤ ਪ੍ਰਭਾਵਿਤ ਕਰਦੀਆਂ ਸੀ। ਬਾਕੀ ਯਾਨੀ ਕਿ ਇਮਾਨਦਾਰ ਬੰਦਾ ਸੀ, ਕੋਈ ਉਹਦੇ 'ਚ ਇੱਦਾਂ ਦਾ ਨਹੀਂ ਸੀ ਕਿ ਮਿਸਗਾਈਡ ਨਹੀਂ ਕਰਦਾ ਸੀ, ਜੋ ਵੀ ਚੀਜ਼ ਸੀ ਰਿਐਲਿਟੀ 'ਚ ਦੱਸਦਾ ਸੀਗਾ। ਅਤੇ ਅਸੀਂ ਇਹਦੇ ਇਸ ਕਰਕੇ ਬਹੁਤ ਵੱਡੇ ਫੈਨ ਹਾਂ ਜੀ, ਬਹੁਤ ਵਧੀਆ ਲੱਗਦਾ ਸਾਨੂੰ ਬੰਦੇ ਦੀ ਕਲਮ ਦੇ ਲਿਖੇ ਹੋਏ ਗੀਤ, ਅਸੀਂ ਹਮੇਸ਼ਾ ਇਹਨੂੰ ਯਾਦ ਕਰਦੇ। ਅੱਜ ਬਹੁਤ ਦੁੱਖ ਲੱਗ ਰਿਹਾ ਕਿ ਸਾਨੂੰ ਅੱਜ ਇਸ ਸਮੇਂ 'ਤੇ ਆਉਣਾ ਪੈ ਰਿਹਾ, ਮਨ 'ਚ ਇੱਛਾ ਬਹੁਤ ਸੀ ਕਿ ਅਸੀਂ ਜਿਉਂਦੇ ਨੂੰ ਮਿਲਾਂਗੇ ਕਿ ਇੰਨੀ ਵਧੀਆ ਕਲਮ ਬੰਦੇ ਦੀ ਆ, ਇੰਨੇ ਲੋਕਾਂ ਨੂੰ ਤਰੱਕੀ, ਇੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਇਸ ਬੰਦੇ ਨੇ, ਬਹੁਤ ਹੀ ਟੈਲੈਂਟਡ ਮੁੰਡਾ ਸੀ। ਧੰਨਵਾਦ ਜੀ। ਅਤੇ ਬਾਈ ਕਿਤੇ ਨਾ ਕਿਤੇ ਆਪਾਂ ਇਹ ਚਰਚਾ ਦੀ ਚਰਚਾ ਦਾ ਵਿਸ਼ਾ ਹੈ, ਲੋਕ ਚਰਚਾ ਕਰਦੇ ਵੀ ਨੇ, ਜਿਵੇਂ ਕਹਿ ਦਈਏ ਖੁੰਡ ਚਰਚਾ, ਜਿਹੜੀ ਪਿੰਡਾਂ ਦੇ ਵਿੱਚ ਚਰਚਾ ਹੁੰਦੀ ਹੈ। ਸਿੱਧੂ ਦੀ ਗਾਇਕੀ ਨੇ, ਮੈਂ ਇਹ ਕਹਿ ਸਕਦਾ ਕਿ ਦੂਜੇ ਕਲਾਕਾਰ ਖੁੰਝੇ ਲਾ ਦੇ, ਮੰਨਦੇ ਹੋ ਨਾ ਇਹ ਗੱਲ 'ਤੇ? ਕਿਤੇ ਨਾ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਕਿਤੇ ਵੀ ਇਹਨਾਂ ਗਾਇਕਾਂ ਦਾ ਉਹਨਾਂ ਦਾ ਹੱਥ ਵੀ ਹੋ ਸਕਦਾ ਜਿਹੜੇ ਚਾਹੁੰਦੇ ਸੀ ਕਿ ਯਾਰ ਇਹਦੀ ਵਜ੍ਹਾ ਨਾਲ ਅਸੀਂ ਚੱਲਦੇ? ਦੇਖੋ ਸਰ, ਹੁਣ ਕੈਮਰਾ ਚਲੋ ਕਹਿਣੀ ਤਾਂ ਨਹੀਂ ਬਣਦੀ, ਕਿਤੇ ਨਾ ਕਿਤੇ ਇਨਵੋਲਵਮੈਂਟ ਹੋ ਸਕਦੀ ਆ, ਪਰ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ, ਤੁਸੀਂ ਦੇਖੋ ਜਦੋਂ ਜਿਉਂਦੇ ਜਿਉਂਦੇ ਜੀ ਕਿੱਡਾ ਵੱਡਾ ਕਾਫਲਾ ਆਉਂਦਾ ਸੀ ਉਹਨਾਂ ਦੇ ਇੱਥੇ ਘਰ ਦੇ ਬਾਹਰ ਵੀ, ਕਿਤੇ ਵੀ ਜਾਂਦੇ ਸੀਗੇ, ਪਰ ਅੱਜ ਤੋਂ 4 ਮਹੀਨੇ ਹੋ ਗਏ ਕੋਈ ਕਲਾਕਾਰ ਨੂੰ ਨਹੀਂ ਦਿਸੇ, ਕੋਈ ਨਹੀਂ ਦਿਸੇ, ਕਿਉਂ ਨਹੀਂ ਦਿਸੇ? ਜੋ ਜਿਉਂਦੇ ਜੀ ਉਹਦੇ ਕੱਪੜੇ ਪੈਕ ਕਰਦੇ ਸੀਗੇ ਬੈਗ ਦੇ ਵਿੱਚ, ਕਿੱਥੇ ਨਹੀਂ ਹੋਏ ਅੱਜ, ਕਿੱਥੇ ਨਹੀਂ? ਸਿਰਫ ਉਹਨੂੰ ਪੌੜੀਆਂ ਪੌੜੀ ਸਮਝੇ ਸੀ ਚੜੂ, ਪਰ ਜਦ ਪੌੜੀ ਦੇ ਉਹ ਡੰਡੇ ਨਹੀਂ ਰਹੇ ਨਹੀਂ ਰਹੇ ਛੱਡਦੇ ਉਹ, ਇਹ ਦੁਨੀਆਂ ਦਾ ਦਸਤੂਰ ਆ ਜੀ ਆਪਣੇ। ਔਰ ਦੂਸਰੀ ਗੱਲ, ਉਹ ਬੰਦਾ ਡਾਊਨ ਟੂ ਅਰਥ ਐਡਾ ਨਹੀਂ ਦੇਖਿਆ ਕਦੇ, ਉਹ ਵੀ ਬੰਦਾ ਆਮ ਕੋਈ ਤਰੱਕੀ ਕਰ ਜਾਂਦਾ ਨਾ, ਉਹ ਪਿੰਡ ਵੀ ਛੱਡ ਜਾਂਦਾ ਜੀ, ਦੇਸ਼ ਵੀ ਛੱਡ ਜਾਂਦਾ ਜੀ, ਉਹਨੇ ਆਪਣਾ ਘਰ ਵੀ ਨਹੀਂ ਛੱਡਿਆ, ਥੋੜ੍ਹੀ ਜਿਹੀ ਤਰੱਕੀ ਦੇ, ਇਹ ਤਾਂ ਦੇਖੋ ਕਿੱਡਾ ਵੱਡਾ ਲੈਵਲ 'ਤੇ ਸੀ, ਪਰ ਜਿਹੜੀ ਸੋਚ ਬੰਦੇ ਦੀ, ਸੋਚ ਕਿੰਨੀ ਡਾਊਨ ਟੂ ਅਰਥ ਦੀ, ਪਰ ਇਹ ਬੰਦਾ ਮੁਸ਼ਕਿਲ ਹੈ ਜੀ, ਇਹ ਹੁਣ ਆਉਣ ਵਾਲੇ 50 ਸਾਲਾਂ ਵਿੱਚ ਇਹ ਬੰਦਾ ਮੁਸ਼ਕਿਲ ਆਉਣਾ ਜੀ। ਇਹ ਸੋਚ ਜਿਹੜੇ ਗੋਰੇ ਕਾਲਿਆਂ ਨੂੰ ਪੰਜਾਬੀ ਨਹੀਂ ਪਤਾ ਸੀ, ਊੜਾ ਕੀ ਹੁੰਦਾ ਇਹ ਨਹੀਂ ਪਤਾ ਸੀ, ਉਹਨਾਂ ਗੋਰੇ ਕਾਲਿਆਂ ਦੇ ਵਿੱਚ ਆਪਣੀ ਪਹਿਚਾਣ ਬਣਾਤੀ ਸੀ, ਪੰਜਾਬ ਦਾ ਨਾਂ ਇੱਕ ਥੱਪਾ ਲਾਤਾ ਸੀਗਾ। ਸਰ ਜੀ ਦੇਖੋ ਤੁਸੀਂ, ਜਿਹੜੇ ਬੰਦੇ ਨੂੰ ਹਿੰਦੀ ਇੰਗਲਿਸ਼ ਪੰਜਾਬੀ ਕੁਛ ਵੀ ਨਹੀਂ ਆਉਂਦੀ, ਉਹ ਆਪਣੀ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰਵਾ ਕੇ ਗੀਤ ਸੁਣਦੇ ਨੇ, ਵੀ ਕਹਿ ਕੀ ਰਿਹਾ ਬੰਦਾ, ਜਦੋਂ ਉਹਨਾਂ ਨੂੰ ਆਪਣੀ ਲੈਂਗੁਏਜ ਵਿੱਚ ਸਮਝ ਲੱਗਦੀ ਆ ਵੀ ਇਹਦੇ ਬੰਦੇ ਨੇ ਆਹ ਗੱਲ ਕਹੀ ਆ, ਉਹ ਕਿੰਨੇ ਇੰਸਪਾਇਰ ਹੁੰਦੇ ਨੇ, ਦੇਖੋ ਆਪਾਂ ਤਾਂ ਪੰਜਾਬੀ ਬੰਦੇ ਆ, ਆਪਾਂ ਤਾਂ ਠੇਠ ਪੰਜਾਬੀ ਸਮਝ ਲਿਆ ਵੀ ਕੀ ਬੋਲ ਰਿਹਾ ਉਹ, ਠੀਕ ਹੈ, ਗੋਰੇ ਕਾਲਿਆਂ ਨੇ ਟਰਾਂਸਲੇਟ ਕਰਾ ਕੇ ਆਪਣੀ ਭਾਸ਼ਾ ਦੇ ਵਿੱਚ ਇਹਦੇ ਗੀਤ ਸੁਣੇ ਨੇ, ਸੁਣ ਵੀ ਰਹੇ ਨੇ, ਰੋ ਵੀ ਰਹੇ ਨੇ, ਪੰਜਾਬੀ ਆਪਾਂ ਨੇ ਆਪਾਂ ਕਿਸੇ ਗੋਰੇ ਨੂੰ ਸੁਣ ਕੇ ਰੋਵਾਂਗੇ ਵੀ ਕੀ ਬੋਲ ਰਿਹਾ ਹੈ? ਕਾਲੇ ਵੀ ਰੋ ਰਹੇ ਨੇ, ਗੋਰੇ ਵੀ ਰੋ ਰਹੇ, ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆ ਰਹੀ, ਪਰ ਉਹ ਟਰਾਂਸਲੇਟ ਕਰਕੇ ਸੁਣ ਚੁੱਕੇ ਨੇ ਵੀ ਇਹਦੇ ਵਿੱਚ ਕੀ ਕਿਹਾ ਬੰਦੇ ਨੇ ਜੀ, ਠੀਕ ਹੈ ਨਾ, ਔਰ ਉਹਨਾਂ ਦੇ ਬੱਚੇ ਵੀ ਇੰਸਪਾਇਰ ਹੋ ਰਹੇ ਨੇ। ਤੁਸੀਂ ਦੇਖੋ ਆਪਣੇ ਪੰਜਾਬ ਦੇ ਵਿੱਚ ਬਹੁਤ ਸ਼ਖਸੀਅਤਾਂ ਜਿਹੜੀਆਂ ਨਾਮਵਰ ਸੀ ਸ਼ਖਸੀਅਤਾਂ ਹੁੰਦੀਆਂ ਨੇ, ਉਹਨਾਂ ਦੀ ਡੈਥ ਹੁੰਦੀ ਆ, ਪਰ ਕਿੱਦਾਂ ਕਿ ਗੋਰੇ ਕਾਲੇ ਆਹ ਚੀਜ਼ 'ਤੇ ਨਹੀਂ ਆਉਂਦੇ ਹੈਗੇ, ਜਿੱਦਾਂ ਇਹਨਾਂ ਦੇ ਅਸੀਂ, ਪਰ ਅਸੀਂ ਬੁੱਤ ਨਹੀਂ ਕਹਿੰਦੇ ਸੀ, ਕਹਿੰਦੇ ਸਿੱਧੂ ਬਾਈ ਅਸੀਂ ਬੁੱਤ ਨਹੀਂ ਕਹਿੰਦੇ, ਨਾ ਹੀ ਕਹਾ ਕਹਿਣਾ ਜੀ, ਸਿੱਧੂ ਨੂੰ ਮਿਲ ਕਹਿਣਾ ਜੀ। ਬਿਲਕੁਲ ਬਾਈ, ਇਹ ਚਾਹੁਣ ਵਾਲਿਆਂ ਦੇ ਲਈ ਸਾਰਿਆਂ ਦੇ ਲਈ ਇਹ ਹੋਵੇਗਾ, ਮੈਂ ਦਰਸ਼ਕਾਂ ਨੂੰ ਵੀ, ਸਰਕਾਰ ਦਾ ਬਹੁਤ ਵੱਡਾ ਫੇਰੀਆ ਜੀ, ਬਿਲਕੁਲ ਸਰਕਾਰ ਦਾ ਫੇਰੀਆ, ਪਰ ਉਹੀ ਗੱਲ ਹੋ ਜਾਂਦੀ ਜੀ। ਦੇਖੋ ਜੀ, ਜੈਪਾਲ ਭੁੱਲਰ ਉਹਨਾਂ ਨੇ ਜਗਰਾਉਂ ਦੇ ਵਿੱਚ ਪੁਲਿਸ 'ਤੇ ਅਟੈਕ ਕੀਤਾ ਜੀ, ਠੀਕ ਹੈ, ਚਲੋ ਹਫ਼ਤੇ ਦੇ ਵਿੱਚ ਉਹਨਾਂ ਦਾ ਐਨਕਾਊਂਟਰ ਹੋ ਗਿਆ ਸੀਗਾ, ਉਹ ਕਿੱਦਾਂ ਲੱਭ ਲਏ ਕਮਰੇ ਦੇ ਵਿੱਚ ਉਹਨਾਂ ਨੂੰ
ਪਿੰਡ ਦੇ ਉੱਪਰ ਉਹਨਾਂ ਨੇ ਕਾਊਂਟਰ ਕੀਤਾ ਗਿਆ ਹਫ਼ਤੇ ਦੇ ਵਿੱਚ ਵਿੱਚ ਕੋਈ ਜ਼ਿਆਦਾ ਟਾਈਮ ਲੱਗਿਆ ਨੀਅਰ ਅਬਾਊਟ ਹਫ਼ਤਾ ਜਾਂ ਦਸ ਦਿਨ 15 ਦਿਨ ਜਿੰਨੇ ਵੀ ਲਾ ਲਓ ਠੀਕ ਹੈ ਜੀ ਉਹ ਕਿੱਥੋਂ ਲੱਭ ਲਿਆ ਜੀ ਵਿੱਕੀ ਕਾਊਂਟਰ ਕਿੱਥੇ ਮਾਰਿਆ ਠੀਕ ਹੈ ਜੀ ਦਵਿੰਦਰ ਭੂਮੀ ਹਜ਼ਰ ਅਨੇਕਾਂ ਹੀ ਨੇ ਜਾਂ ਪੁਲਿਸ ਨੇ ਇਨਕਾਊਂਟਰ ਕਰਕੇ ਜਾਂ ਕਿਸੇ ਤੋਂ ਕਰਵਾ ਤੇ ਅਤੇ ਪਰ ਔਰ ਇਹਨਾਂ ਨੂੰ ਵੀ ਆਈ ਪੀ ਟ੍ਰੀਟਮੈਂਟ ਇਹਨਾਂ ਨੂੰ ਡਰ ਲੱਗਦਾ ਇਹਨਾਂ ਨੂੰ ਜਦੋਂ ਕਿਸੇ ਵੀ ਆਪਣਾ ਰਿਮਾਂਡ ਮਿਲਦੇ ਕਿਸੇ ਦਿਨ ਜਿਹੜਾ ਪੁਲਿਸ ਦਾ ਰਿਮਾਂਡ ਹੁੰਦਾ ਨਹੀਂ ਜਦੋਂ ਬੰਦੇ ਇੱਕ ਰਾਤ ਵੀ ਰਿਮਾਂਡ ਦੇ ਵਿੱਚ ਰਹਿ ਜਾਵੇ ਦੂਸਰੇ ਦਿਨ ਬੰਦੇ ਤੋਂ ਤੁਰ ਨਹੀਂ ਹੁੰਦਾ ਤੋਤੇ ਵਾਂਗੂ ਰਟਣ ਲੱਗ ਜਾਂਦਾ ਨਾ ਤੋਰੇ ਨਹੀਂ ਹੁੰਦਾ ਜੀ ਰਟਣਾ ਤਾਂ ਉਹ ਤਾਂ ਦੇਖੋ ਜੀ ਜਿਹੜੀ ਗੱਲ ਨਹੀਂ ਬੋਲ ਉਹ ਵੀ ਬੋਲ ਦਿੰਦਾ ਵੀ ਮੈਂ ਬਚਾਂ ਕੁੱਟ ਤੋਂ ਬਚਾਂ ਪਰ ਇਹ ਤਾਂ ਕਿ ਕੋਈ ਬੰਦਾ ਸਿਕਿਉਰਿਟੀ ਗਈ ਇਹਦੇ ਨਾਲ ਬਿਲਕੁਲ ਜੀ ਇਹ ਤੁਸੀਂ ਇੱਕ ਵੀ ਜਾਂ ਕੋਈ ਦਿਖਾ ਦਿਓ ਵੀ ਕਿਤੇ ਥੱਪੜ ਵੀ ਮਾਰਿਆ ਹੋਵੇ ਆਪਣਾ ਡਰ ਲਾ ਲੋ ਚਾਹੇ ਕੋਈ ਹੋਰ ਉਪਰੋਂ ਕੀ ਲਾ ਲੋ ਵੀ ਹਾਂ ਇਹਨੂੰ ਨਹੀਂ ਕੁਛ ਕਹਿਣਾ ਹੈਗਾ ਸਿਆਸੀ ਪਾਵਰ ਕੁਛ ਵੀ ਤੁਸੀਂ ਹੁਣ ਆਪ ਸਿਆਣੇ ਕਿਤੇ ਨਾ ਕਿਤੇ ਦਾਲ ਆਪਾਂ ਕਰੀਏ ਵੀ ਸਾਰੀ ਕਾਲੀ ਆ ਜੀ ਕਾਲਾ ਗੋਲਾ ਕੁਛ ਨਹੀਂ ਦਾਲ 'ਚ ਦਾਲ ਹੀ ਕਾਲੀ ਆ ਪਰ ਇਹਨਾਂ ਨੂੰ ਹੋਣਾ ਵੀ ਕੁਛ ਨਹੀਂ ਜੇ ਇਹਨਾਂ ਨੂੰ ਹੋਣਾ ਹੁੰਦਾ ਤਾਂ ਹਫ਼ਤੇ ਦੇ ਅੰਦਰ ਅੰਦਰ ਕੁਛ ਇਹਨੂੰ ਕੁਛ ਹੋ ਜਾਂਦਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਹੁਣ ਅਮੈਰੀਕਾ ਦੇ ਵਿੱਚ ਦੋ ਚਾਂਸ ਹੋਏ ਨੇ ਜੀ ਇੱਕ ਪੁਲਿਸ ਕੋਈ ਕਾਂਸਟੇਬਲ ਜੀ ਆਪਣਾ ਉਹਨੇ ਉਹਨਾਂ ਦੀ ਗੋਲੀ ਮਾਰ ਕੇ ਦਿੱਤਾ ਜੀ ਹਾਂਜੀ ਥੋੜ੍ਹੇ ਹਫ਼ਤੇ ਦੇ ਵਿੱਚ ਉਹ ਬੰਦੇ ਨੂੰ ਫਾਂਸੀ ਦੇ ਦਿੱਤੀ ਸੀ ਠੀਕ ਹੈ ਜੀ ਪਰ ਆਪਾਂ ਨੇ 4 ਮਹੀਨੇ ਹੈਗੇ ਕਿਤੇ ਨਾ ਕਿਤੇ ਸਾਡੇ ਕਾਨੂੰਨ 'ਚ ਕਮੀ ਲੱਗਦੀ ਹੈ ਬਿਲਕੁਲ ਜੀ ਕਾਨੂੰਨ 'ਚ ਲਾ ਲਓ ਪਰ ਜੇ ਕਾਨੂੰਨ ਸਹੀ ਆ ਤਾਂ ਉਹਨੂੰ ਵਰਤ ਨਹੀਂ ਸਹੀ ਰਹੇ ਨਾ ਰਹੇ ਉਹ ਤਾਂ ਮਹਿਸੂਸ ਕਰ ਰਹੇ ਨੇ ਜਾਈਏ ਧੰਨਵਾਦ ਬਾਈ ਜੀ ਸ਼ੁਕਰੀਆ ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਮੈਂ ਪਰਮਜੀਤ ਸਿੰਘ ਕੈਮਰਾਮੈਨ ਲਵਪ੍ਰੀਤ ਸਿੰਘ ਦੇ ਨਾਲ